नौकर से बातें कर रही हो? मैं नौकर से बातें कर रही हूँ, मुझे टाइम दे के ये आजाद को मेरे तेरे प्यो ने चले गए। तेरे प्यो ने मना की थी, जाकर भी मेरा जेल पुरानी ना, मैं नहीं तेरे ब्याह करना। जान मेरी, जान मेरी, मेरी बात सुन लो, मेरे नजदीक मत आना। कम ऑन स्वीट, नहीं नहीं नहीं, मेरी एक डिमांड पूरी नहीं हुई। सॉरी, एक गल पूरी नहीं, मैं रूस से गया हूँ। प्लीज यार, प्लीज यार, तुम्हें तो क्या चाहिए? जो जो इन्होंने चीजें कही थी, इस टाइम पे निकल जाएगा हूँ ना। अन्नी जा बच्चे, तू जी ऑपरेशन करना है साडा। मैं नहीं, मैं तुमसे नाराज हूँ, कोई चीज नहीं हमारी पूरी। अच्छा इधर तो देखो, मैं तो हम दसना सी पानी नहीं आ रहा है। हां नहीं आ रहा, पानी नहीं आ रहा, कोई गल नहीं, मैं वैसे फिर लाऊंगा। नहीं टचिंग की थी, मेरी टांगे दबाओ, मैं फिर करूंगा। हाँ टांगे दबाओ, चलो सही तरह दबा, चलो 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 चलो, पाइने को सारी लत्तां कटवाओ, दबाओ। मैं कैसे दबाऊं? ऐसे ए ऐसे आ दबाओ। आया तेरे बड़ा मजा आ रहा है, एक अपनी लत्त सुन ले रहा है। दबाओ, सही तरह दबाओ। ये ले, ओ शो जब तक नहीं मुकदा दबा दी रहे ना। मैंने तो बताओ क्या चाहिए? बस जो चीजें आपके पापा ने लिख के दी थी वो मुझे सारी चाहिए। तो जान आप मुझे बताओ ना, मैंने वो पेपर पढ़ा नहीं है, क्या क्या चाहिए? पेपर है बहुत लंबा ना, मैं लेके नहीं आ सकता था। तो शर्म करें ना, इधर आए ना, मेरी बात सुन। अच्छा मेन मेन चीजें बताएं, आपको क्या चाहिए? हनीमून कहाँ होगा ये बताइए। हनीमून मैं वहाँ के पापा को बोल के टिकट जो है ना बुक करवाती हूँ। हनीमून हम करेंगे मिस्र। क्यों? मैं फिरौन की लाश देखनी है। चल हनीमून में अंदर अंगनारों की लाश देख लेंगे। कैसी बातें कर रहे हैं आप? थोड़ी बड़ी मेरी बात सुनो, जब तक मेरी डिमांड पूरी नहीं होगी ना, कुछ भी नहीं होगा। बस ये मेरा लाल फैसला। मेरी बात सुनो, प्लीज मुझे नहीं बता। अल्ली दिए बचिए, बस ये बात क्या पुत्रा, वो की गल खत्म हो गई। मैं करना वादा कर रहा, ਤੁਸੀਂ ਇੰਨੀ ਵਾਰੀ ਵਾਅਦੇ ਕੀਤੇ ਨੇ, ਇੱਕ ਵਾਰੀ ਪੂਰਾ ਨਹੀਂ ਕੀਤਾ। ਪੁੱਤਰਾ ਤੇਰੇ ਮੂੰਹ ਚੋਂ ਨਿਕਲੀ ਇੱਕ ਇੱਕ ਚੀਜ਼ ਮੈਂ ਤੇਰੇ ਘਰ ਪਹੁੰਚਾ ਦੇਗਾ। ਇਸ ਔਲਾਦ ਨੇ ਸਾਰੀ ਜ਼ਿੰਦਗੀ ਕੰਮ ਹੀ ਨਹੀਂ ਕੀਤਾ, ਇਹਨਾਂ ਨੇ ਕਦੀ ਬਾਪ ਦੇ ਬੁਢਾਪੇ ਤੇ ਪਿਓ ਦੀ ਜਵਾਨੀ ਵੱਲ ਵੇਖਿਆ ਹੀ ਨਹੀਂ। ਉਹ ਮੈਨੂੰ ਮਾਫ਼ ਕਰ ਦੇ ਮੇਰਾ ਪੁੱਤਰ, ਉਹ ਤੈਨੂੰ ਹਰ ਸ਼ੈ ਮਿਲ ਜਾਏਗੀ। ਨਹੀਂ ਚਾਚਾ ਜੀ, ਨਹੀਂ ਨਹੀਂ, ਉਹ ਧੀਆਂ ਭੈਣਾਂ ਨੂੰ ਸਾਰੀ ਜ਼ਿੰਦਗੀ ਬੰਦਾ ਜਾਇਦਾਦਾਂ ਦਿੰਦਾ ਹੀ ਰਹਿੰਦਾ, ਉਹ ਇੱਕ ਵਾਰੀ ਤੂੰ ਉਹਨੂੰ ਆਪਣੇ ਘਰ ਲੈ ਜਾ, ਅਸੀਂ ਤੇਰੇ ਘਰ ਹਰ ਚੀਜ਼ ਪਹੁੰਚਾ ਦੇਵਾਂਗੇ। ਅਸੀਂ ਤੇਰੇ ਪੈਰਾਂ ਦੇ ਸਾਫਾ ਰੱਖਦੇ ਆ, ਤੇਰੀ ਮਿਹਰ
ਚਾਚਿਆਂ ਨੂੰ ਸ਼ਰੀਕ ਸਮਝਿਆ ਔਰ ਮੈਂ ਤੁਹਾਡਾ ਸ਼ਰੀਕ ਨਹੀਂ, ਮੈਂ ਇਹਨਾਂ ਭਤੀਜਿਆਂ ਨੂੰ ਆਪਣੀ ਹਮੇਸ਼ਾ ਧੀਆਂ ਸਮਝਿਆ ਔਰ ਮੈਂ ਤੇਰੀ ਧੀ ਵਾਸਤੇ ਜਾ ਕੇ ਕੋਠੀ ਤੇ ਵੇਖ ਲੈ, ਮੈਂ ਸਾਰੀ ਜ਼ਿੰਦਗੀ ਕਮਾ ਕੇ ਆਪਣੀ ਸਾਡੀ ਇਸ ਵਾਸਤੇ ਨਹੀਂ ਸੀ ਕੀਤੀ। ਇੱਕ ਦਿਨ ਆਏਗਾ ਤੇਰੇ ਪੁੱਤਰ ਹਵਾਰਾ ਨਕੰਮੇ ਨੇ, ਜਾ ਕੇ ਦੇਖ ਇੱਕ ਇੱਕ ਚੀਜ਼ ਤੇਰੀ ਧੀ ਦੀ ਤਿਆਰ ਹੈ, ਜੋ ਤੇਰੀ ਡਿਮਾਂਡ ਹੈ ਬਾਕੀ ਜੋ ਬੱਚੇ ਮੈਨੂੰ ਦੱਸ ਦੇ, ਮੈਂ ਆਪਣਾ ਗੁਰਦਾ ਵੇਚ ਕੇ ਦੇ ਦਿਆਂਗਾ। ਚਾਚਾ ਜੀ ਗੱਲ ਇਹ ਕੀ ਕਿ ਮੇਰੀ ਵੀ ਕੋਈ ਡਿਮਾਂਡ ਨਹੀਂ ਸੀ, ਮੈਨੂੰ ਇਸ ਘਰ ਦੇ ਹਾਲਾਤ ਦਾ ਪਤਾ ਸੀ, ਇਹ ਵੀ ਨਿਕੰਮਾ ਉਹ ਵੀ ਨਿਕੰਮਾ, ਤੀਸਰੇ ਭਰਾ ਵੀ ਇਹਦਾ ਉਹ ਵੀ ਨਿਕੰਮੇ, ਮੈਂ ਵੀ ਇਹ ਚਾਹੁੰਦਾ ਸੀ ਕਿ ਇਹ ਕੰਮ 'ਤੇ ਲੱਗਣ ਆਪਣੇ ਮਾਂ ਪਿਓ ਦਾ ਸਹਾਰਾ ਬਣਨ, ਬਾਕੀ ਰਹਿ ਗਈ ਤੇਰੇ ਗੁਰਦੇ ਦੀ ਗੱਲ, ਤੇਰਾ ਤਾਂ ਗੁਰਦਾ ਵੀ ਐਡਾ ਹੋਇਆ 7-8 ਲੱਖ ਦਾ ਤਾਂ ਉਹ ਵੀ ਵਿਕ ਜਾਣਾ। ਚਾਚਾ ਸਾਨੂੰ ਮੇਰੀ ਭੈਣ ਨੂੰ ਕਹਿ ਲੈ ਮੈਂ ਤੇਰੇ ਘਰ ਕਦੇ ਨਹੀਂ ਬੋਲਾਂਗਾ। ਚੋਰ ਭਰਾਵਾ ਜੇ ਤੇਰੇ ਕੋਲ ਪੈਸੇ ਨਹੀਂ ਹੁੰਦੇ ਜੇਬ 'ਚ ਕਮ ਸੇ ਕਮ ਫਰਨੈਲ ਦੀਆਂ ਗੋਲੀਆਂ ਰੱਖ ਲਿਆ ਕਰ, ਐ ਨਹਿਰ ਤੇ ਨਹਾਉਣ ਗਿਆ ਤਾਂ ਆਪਣਾ ਹਮਾਮ ਤੇ ਹਾਂ ਹਮਾਮ ਹੈ ਤੇ ਫਿਰ ਕੋਈ ਜਨਰੇਟਰ ਲੱਗ ਲਿਆ ਜੀ, ਅੱਛਾ ਹਾਂ ਹਮਾਮ ਤੇ ਨਹਾਉਣ ਗਿਆ, ਹਾਂ ਹਮਾਮ ਵਾਲੇ ਨੂੰ ਵਕਤ ਪੈ ਗਿਆ ਮੋਰੀਆਂ 'ਚ ਤੌਲੀਏ ਤੁੰਨਣ ਡਿਆ, ਮੈਂ ਕੀ ਹੋਇਆ ਕਹਿੰਦਾ ਕਿ ਦੋ ਵਾਰੀ ਰੁੜ ਗਿਆ ਬਾਹਰ ਨੂੰ। ਚਲੋ ਤੇਰੀ ਮੁਸ਼ਕਿਲ ਕਿਸ਼ਾਈ ਤੇ ਨਾਜ਼ ਕਰਕੇ ਅਸਾਂ ਬਿਨਾਂ ਪਰਾਂ ਉਡਾਰੀਆਂ ਮਾਰੀਆਂ ਨੇ, ਬਿਨਾਂ ਦੁੱਧ ਖੀਰ ਨਹੀਂ ਪੱਕਦੀ ਮੀਆਂ ਅਸਾਂ ਕੋਸ਼ਿਸ਼ਾਂ ਕੀਤੀਆਂ ਸਾਰੀਆਂ ਨੇ, ਜਿਹਨੇ ਪੀਰ ਫਕੀਰ ਵੱਲ ਕੰਡ ਕੀਤੀ ਉਹਨੇ ਜਿੱਤੀਆਂ ਬਾਜ਼ੀਆਂ ਵੀ ਆ ਰਹੀਆਂ ਨੇ। ਕਹਿੰਦਾ ਫਨ ਨਾਲ ਫਨਕਾਰ ਜਿੰਦਾ ਤੇ ਦੌਲਤ ਦੇ ਨਾਲ ਇਨਸਾਨ ਜਿੰਦਾ, ਭਾਜੀ ਇਸ ਦੁਨੀਆ 'ਤੇ ਖੁਸ਼ ਨਸੀਬ ਹੈ ਬੰਦਾ ਜਿਹਦੀ ਇਸ ਦੁਨੀਆ 'ਤੇ ਮਾਂ ਜਿੰਦਾ। ਵਾਲੇਕੁਮ ਸਲਾਮ ਜੀ, ਹਾਂਜੀ ਕਿੱਥੇ ਗਿਆ? ਅਸੀਂ ਕਰਜ਼ਾ ਲੈਣ ਆਏ ਹਾਂ। ਕਰਜ਼ਾ ਤੇ ਤੁਸੀਂ ਲੈਣ ਆਏ ਹੋ? ਹਾਂ ਮੈਂ ਵੀ ਪੈਸੇ ਲੈਣ ਆਇਆ, ਮੇਰੇ ਕੋਲ ਪੈਸੇ ਲਿੱਤੇ ਨੇ ਇਹਨੇ। ਅੱਛਾ ਜੀ ਕੋਈ ਨਸੀਹਤ? ਕਮੇਟੀ ਪਾਈ ਸੀ ਮੈਂ ਇਹਨਾਂ ਦੇ ਹਾਲ। ਅੱਛਾ ਤੇ ਉਹ ਪੈਸੇ ਲੈਣ ਆਇਆ ਮੈਂ। ਕਮੇਟੀ ਪਾਈ ਨਹੀਂ? ਹਾਂਜੀ ਕਮੇਟੀ ਥੁੱਲੀ ਨਹੀਂ, ਕਮੇਟੀ ਵਾਲੀ ਮਾਈ ਨੱਸ ਗਈ। ਆ ਕੀ ਕਹਿ ਰਿਹਾ? ਮੈਂ ਕਿਹਾ ਕੋਈ ਨਸੀਹਤ ਕਰ। ਨਸੀਹਤ ਮੇਰੀ ਇਹੀ ਹੈ ਹਾਂ ਕਿ ਦੁਨੀਆ ਦੇ ਉੱਤੇ ਰੱਖ ਬੰਦਿਆ। ਅੱਛਾ ਐਸਾ ਬੈਨ ਖਲੋਣ। ਵਾਹ ਦੁਨੀਆ ਤੇ ਰੱਖ ਫਕੀਰਾ, ਦੁਨੀਆ ਦੇ ਉੱਤੇ ਰੱਖ ਤੂੰ ਬੰਦਿਆ ਹਾਂ ਐਸਾ ਬੈਨ ਖਲੋਣ। ਵਾਹ ਅੱਜ ਤੂੰ ਮੈਨੂੰ ਮੰਨੇ ਹਾਂ ਜੇ ਸਾਰੇ ਤੇਰੇ ਵੱਲ ਜਾ ਕੇ ਸੌਣ। ਨਹੀਂ ਨਹੀਂ ਸੁਣ ਲੈ, ਕਹਿੰਦਾ ਲੱਖ ਪੈਂਦਾ ਹੋਵੇ ਦੂਰ ਸਿੱਧੇ ਸਿੱਧੇ ਰਾਹ ਤੂੰ ਜਾਈ। ਵਾਹ ਲੱਖ ਪੈਂਦਾ ਹੋਵੇ ਦੂਰ ਸਿੱਧੇ ਸਿੱਧੇ ਰਾਹ ਤੂੰ ਜਾਈ। ਵਾਹ ਦੁਨੀਆ ਤੇ ਲੱਖਾਂ ਕਮਾਣਾ ਕਿਸੇ ਦਾ ਨਾ ਦਿਲ ਦੁਖਾਈ, ਦੁਨੀਆ ਤੇ ਲੱਖਾਂ ਕਮਾਣਾ ਕਿਸੇ ਦਾ ਨਾ ਦਿਲ ਦੁਖਾਈ, ਵਾਹ ਤੇ ਦੋ ਕੌਮਾਂ ਦਾ ਵਸਾ ਨਾ ਖਾਈ। ਕਿਹੜੀ ਕਿਹੜੀ? ਇੱਕ ਸ਼ੇਖ ਤੇ ਦੂਜਾ ਰਾਈ। ਸ਼ੇਖਾਂ ਨੂੰ ਯਾਦ ਆਇਆ, ਮੈਂ ਵੀ ਇੱਕ ਸ਼ੇਖ ਸਾਹਿਬ ਨੂੰ ਕਿਹਾ ਮੈਨੂੰ ਅੱਲਾ ਦੇ ਨਾਂ ਦੇ 10 ਰੁਪਏ ਦੇ। ਅੱਛਾ ਰੱਬ ਤੈਨੂੰ 20 ਦੇਗਾ। ਹਾਂ ਕਹਿੰਦਾ ਤੂੰ ਰੱਬ ਕੋਲੋਂ 20 ਲੈ 10 ਆਪ ਰੱਖ ਲੈ, 10 ਮੈਨੂੰ ਦੇ ਦੇ।
ਪਾਗਲਾ ਮੈਨੂੰ ਹੀ ਛੇੜਾ ਹੈ ਕਿਹੜਾ ਛੇੜਾ ਹੈ ਮੈਨੂੰ ਬੜਾ ਛੇੜਾ ਹੈ ਤੈਨੂੰ ਇੱਥੇ ਗੱਲ ਨਾ ਪਾਈ ਉੱਥੇ ਜਾ ਕੇ ਕਰ ਤੁਹਾਡੇ ਵੱਲ ਨਾ ਚੱਲਣਾ ਵਾ ਸ਼ੇਰ ਅਰਜ਼ ਕੀਆ ਸੁਣਾ ਦੇ ਯਾਰ ਸੁਣਾ ਸ਼ੇਰ